सतगुरु नानक परगटिया, सतगुरु नानक परगटिया, सतगुरु नानक परगटिया। सतगुरु नानक परगटिया, सतगुरु नानक परगटिया, मिट्टी धुंद जग जानन हुआ, मिट्टी धुंद जग जानन हुआ। ज्यों कर सूरज निकलिया, तारे छुपे अंधेर पलोआ, परगटिया सतगुरु नानक परगटिया। सिंह बुके मिर्गावली, स्थापन सोआ, सतगुरु नानक परगटिया, सतगुरु नानक परगटिया। पाकिस्तान की धरती नूं यह मान प्राप्त है कि इत्थे सिख धर्म दे मोढ़ी श्री गुरु नानक देव जी ने जन्म लिया। बाबा जी 1469 विच जन्मे। उन्हां दी जन्म भूमि जिला शेखूपुरे विच पिंड तलवंडी सी, जेड़ी हुन ननकाना साहब अखवांदी। गुरु नानक देव जी दे जन्म समय हिंदुस्तान ते अफगान बादशाह सुल्तान बहलोल लोधी दा राज सी। जिस थां बाबा जी ने जन्म लिया, अज उत्थे एक उच्ची शान वाला सोना ते सुनखा गुरुद्वारा स्थापित है, जेड़ा सबे गुरसिखां लई श्रद्धा दा गढ़ मिथिया जांदा है। गुरुद्वारा श्री जन्म स्थान साहब सिख राज समय उसारिया गया सी। वेले दे नाल नाल इहदे विच वाधे हुंदे रहे। इस गुरुद्वारे विच श्री चोला साहब भी रखिया होया सी, जिहदे उत्ते कुरान शरीफ दीआं आयतां दी कढ़ाई कीती गई सी। ਇਹ ਚੋਲਾ ਸਾਹਿਬ ਬਗਦਾਦ ਦੇ ਬਾਦਸ਼ਾਹ ਨੇ ਬਾਬਾ ਜੀ ਨੂੰ ਭੇਂਟ ਕੀਤਾ ਸੀ ਤੇ ਹੁਣ ਇਹ ਦਰਬਾਰ ਸਾਹਿਬ ਅੰਮ੍ਰਿਤਸਰ ਕਰ ਦਿੱਤਾ ਗਿਆ ਹੈ। ਇਸ ਮਿੱਟੀ ਦੀ ਖੁਸ਼ਬੂ ਮੇਰੇ ਜੁੱਤੇ ਦੇ ਵਿੱਚ ਸ਼ਾਮਿਲ, ਜਿੰਨੇ ਮਰਜ਼ੀ ਦੇ ਸਿਰਾਂ ਪਰ ਓੜਕ ਹੋ ਮੰਦਲੇ, ਜਿੰਨੇ ਮਰਜ਼ੀ ਦੇ ਸਿਰਾਂ ਪਰ ਓੜਕ ਹੋ ਮੰਦਲੇ। 1959 ਵਿੱਚ ਪਾਕਿਸਤਾਨ ਸਰਕਾਰ ਨੇ ਯਾਤਰੀਆਂ ਦੀ ਭਲਾਈ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਸਾਹਿਬ ਦੀ ਸ਼ੋਭਾ ਤੇ ਸੁੰਦਰਤਾ ਲਈ ਕਈ ਵਾਅਦੇ ਕੀਤੇ। ਗੁਰਦੁਆਰੇ ਦੁਆਲੇ ਯਾਤਰੀਆਂ ਦੇ ਬਹਿਣ ਖਲੋਣ ਲਈ ਤੇ ਧਾਰਮਿਕ ਰੀਤਾਂ ਵਿੱਚ ਭਾਗ ਲੈਣ ਲਈ ਪਹਿਲੀ ਬਣੀ ਹੋਈ ਬਾਰਾਦਰੀ ਦੇ ਆਲ ਦੁਆਲੇ ਹੋਰ ਬਾਰਾਦਰੀਆਂ ਉਸਾਰੀਆਂ ਗਈਆਂ ਤੇ ਇਦਾਂ ਇੱਕ ਸੁੰਦਰ ਵਾਅਦਾ ਕੀਤਾ ਗਿਆ। ਗੁਰਦੇ ਪੂਰੇ ਬੇਦਸੇ ਨੇ ਨਾਨਕ ਸੁਗੜ ਸਿਆਣੇ ਨੇ, ਸਾਰੇ ਜਗ ਵਿੱਚ ਚਾਂਦਨ ਵੰਡਿਆ ਇੱਥੇ ਹੀ ਨਨਕਾਣੇ ਨੇ, ਸਾਰੇ ਜਗ ਵਿੱਚ ਵੰਡਿਆ ਇੱਥੇ ਹੀ ਨਨਕਾਣੇ।
ਜਗ ਦੁਖਿਆਰਾਏ ਬਾਬੇ ਨਾਨਕ ਆਖਿਆ ਸਾਰਾ ਜਗ ਦੁਖਿਆਰਾਏ ਆਨੰਦ ਕਾਣਾ ਸਾਥ ਦਿਲ ਦੀ ਚੰਦ ਅੱਖਾਂ ਦਾ ਤਾਰਾਏ। ਗੁਰਦੁਆਰਾ ਜਨਮ ਸਥਾਨ ਦੀ ਯਾਤਰਾ ਲਈ ਤੇ ਹੋਰ ਧਾਰਮਿਕ ਰੀਤਾਂ ਵਿੱਚ ਭਾਗ ਲੈਣ ਲਈ ਪਾਕਿਸਤਾਨ ਦੇ ਭਿੰਨ ਭਿੰਨ ਭਾਗਾਂ ਵਿੱਚੋਂ ਤੇ ਦੂਜੇ ਦੇਸ਼ਾਂ ਵਿੱਚੋਂ ਹਜ਼ਾਰਾਂ ਯਾਤਰੀ ਨਨਕਾਣਾ ਸਾਹਿਬ ਆਉਂਦੇ ਨੇ। ਪਾਕਿਸਤਾਨ ਸਰਕਾਰ ਨੇ ਯਾਤਰੀਆਂ ਦੇ ਰਹਿਣ ਸਹਿਣ ਲਈ ਹੋਰ ਕਮਰੇ ਬਣਾਏ ਹਨ ਤੇ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਬੜੇ ਉੱਚੇ ਤੇ ਸੁਚੱਜੇ ਪ੍ਰਬੰਧ ਕੀਤੇ। ਰੱਬ ਸਲਾਮਤ ਰੱਖੇ ਮੈਨੂੰ ਪਿਆਰ ਵੀ ਇੱਥੇ ਮਿਲਿਆ ਏ ਮੇਰੇ ਘਰ ਦਾ ਨਿੱਕਾ ਜਿਹਾ ਗੁਲਜ਼ਾਰ ਵੀ ਇੱਥੇ ਖਿਲਿਆ ਏ ਮੇਰੇ ਘਰ ਦਾ ਨਿੱਕਾ ਜਿਹਾ ਗੁਲਜ਼ਾਰ ਵੀ ਇੱਥੇ ਖਿਲਿਆ ਏ ਮੇਰੀ ਹੀਰ ਤੇ। ਗੁਰਦੁਆਰਾ ਜਨਮ ਸਥਾਨ ਵਿੱਚ ਗੁਰਪੁਰਬਾਂ ਤੇ ਦੂਜੇ ਧਾਰਮਿਕ ਅਵਸਰਾਂ ਤੇ ਸੋਚ ਸਜਾਵਟ ਤੇ ਦੀਪ ਮਾਲਾ ਤੇ ਬਸ ਵੇਖਣ ਵਾਲੀ ਹੁੰਦੀ ਹੈ। ਇਸ ਧਰਤੀ ਦਾ ਜ਼ਰਾ ਜ਼ਰਾ ਮੈਨੂੰ ਪਿਆਰਾ ਏ ਆਨੰਦ ਕਾਣਾ ਸਾਥ ਦਿਲ ਦੀ ਚੰਦ ਅੱਖਾਂ ਦਾ ਤਾਰਾ ਏ ਪਾਕਿਸਤਾਨ ਵਿੱਚ ਗੁਰਦੁਆਰਿਆਂ ਦਾ ਪ੍ਰਬੰਧ ਸੇਵਾ ਸਮਾਨ ਤੇ ਗੁਰਪੁਰਬਾਂ ਦੇ ਆਉਣ ਵਾਲੇ ਯਾਤਰੀਆਂ ਦੇ ਰਹਿਣ ਸਹਿਣ ਤੇ ਦੂਜੇ ਪ੍ਰਬੰਧ ਪਾਕਿਸਤਾਨ ਸਰਕਾਰ ਦੇ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਦੇ ਇੱਕ ਮਹਿਕਮੇ ਮਤਰੂਕਾ ਵਕਫ ਇਮਲਾਕ ਬੋਰਡ ਦੇ ਜ਼ਿੰਮੇ ਨੇ। ਜਿਸਮ ਸੁਖੀ ਹੋਇਆ ਦੇਖੀ ਜੇ ਰੂਹ ਤੂਲੀ ਤੇ ਟੰਗੀ ਏ ਮੈਂ ਕੋਈ ਇੱਥੇ ਕਰਦਾ ਰਹਿਣਾ ਹੁੰਦਾ ਜਿਵੇਂ ਗੁਜ਼ਾਰਾ ਏ ਮੈਂ ਤੇ। ਗੁਰਦੁਆਰਾ ਸ਼੍ਰੀ ਜਨਮ ਸਥਾਨ ਵਿੱਚ ਆਸਾ ਦੀ ਵਾਰ ਅੰਮ੍ਰਿਤ ਵੇਲੇ ਆਰੰਭ ਹੁੰਦੀ ਏ ਤੇ ਦਿਨ ਚੜ੍ਹੇ ਤਾਈਂ ਹੁੰਦੀ ਰਹਿੰਦੀ ਏ। ਇਹਦੇ ਵਿੱਚ ਸ਼ਹਿਰੀ ਤੇ ਬਾਹਰੋਂ ਆਏ ਹੋਏ ਯਾਤਰੀ ਭਾਗ ਲੈਂਦੇ ਨੇ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰੀਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜਿਉਂ ਜਾਣਾ ਆਖਾ ਨਾਹੀ ਕਹਿਣਾ ਕਥਨ ਜਾਈ ਗੁਰਾਇਕ ਦੇ ਬੁਝਾਈ ਸਭਨਾ ਜੀਆ ਗਾਇਕ ਦਾਤਾ ਤੋ ਮੈਂ ਵਿਸਰਨ ਜਾਈ ਕੀਰਤਨ ਆਵਾਜੀ ਤੁਸ ਪਾਵਾ ਮਿਲ ਭਾਣੇ ਕੇ ਨਾਇ ਕਰੀ ਜੇ ਤੀਸਰੀ ਨਦਰ ਨਾ ਆਵੇ ਤਾਂ ਮਾਤ ਨਾ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਆਹ ਕੋਈ ਨਾ ਸੋਚੇ ਜੇ ਤੁਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਨ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਇ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਰਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਸਟ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਮੋਹ ਚੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਰਸੋਂ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇ ਤੀ ਸਨ ਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਹਰੀਐ ਸਬਦ ਸੱਚੀ ਤਕ ਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਮਨ ਗੁਰੂ ਪਾਣੀ ਪਿਤਾ ਮਾਤਾ ਦਰਦ ਮਹਾਲ ਦਿਵਸ ਰਾਤ ਤੁਮੇ ਸਾਰੀ ਰਾਇਆ ਮਿਲੇ ਸਗਲ ਜਗਾਤ ਚੰਗੀਆਂ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋਦਾ ਤੇਰਾ ਕਿਹਾ ਸੋ ਕਰ ਕਿਹਾ ਜਿਤ ਮੈਂ ਸਰਬ ਸਮਾਨੇ ਵਾਜੇ ਤੇਰੇ ਨਾਦ ਅਨੇਕਿਆ ਸੰਖਾ ਕੀਤੇ ਤੇਰੇ ਵਾਮਣ ਹਾਰੇ ਕੀਤੇ ਤੇਰੇ ਰਾਗ ਪ੍ਰੇ ਸੁਣਕਈ ਹੈ ਕੀਤੇ ਤੇਰੇ ਗਾਮਣ ਹਾਰੇ ਗਾਮਨ ਤੁਦਨੋ ਪਵਨ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਮਨ ਤੁਦਨੋ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ
ਗਾਵਨ ਤੁਧਨੋ ਈਸ਼ ਬ੍ਰਹਮਾ ਦੇਵੀ ਸੋਨ ਤੇਰੇ ਸਦਾ ਸੁਵਾਰੇ ਗਾਵਨ ਤੁਧਨੋ ਇੰਦਰ ਨੂੰ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਰਖੀ ਸੇ ਜੁਗ ਵੇਦਾ ਨਾਲੇ ਗਾਵਨ ਤੁਧਨੋ ਮੋਹਣੀਆਂ ਮਨਮੋਹਨ ਸੁਰਗ ਮੱਚ ਪਿਆ ਲੇ ਗਾਵਨ ਤੁਧਨੋ ਰਤਨ ਪਾਏ ਤੇਰੇ ਅੱਠ ਤੀਰਥ ਨਾਲੇ ਗਾਵਨ ਤੁਧਨੋ ਜੋਤ ਮਹਾਪੰਚੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਤਨੋ ਸ੍ਰੀ ਨਨਕਾਣਾ ਸਾਹਿਬ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਲਪਨ ਦੇ ਚਮਤ ਗੁਰਦੁਆਰੇ ਉਸਾਰੇ ਗਏ ਜਿਹੜੇ ਸਿੱਖ ਧਰਮ ਦੇ ਪਵਿੱਤਰ ਅਸਥਾਨ ਕਹਾਉਂਦੇ ਜਾਂਦਾ ਹੈ ਕਿ ਬਾਬਾ ਨਾਨਕ ਜੀ ਬਾਲਪਨ ਵਿੱਚ ਆਪਣੇ ਸੰਗੀਆਂ ਸਾਥੀਆਂ ਨਾਲ ਖੇਡਦਿਆਂ ਹੋਇਆਂ ਸਤ ਕਰਤਾਰ ਦਾ ਜਾਪ ਕਰਦੇ ਰਹਿੰਦੇ ਸਨ। ਨਨਕਾਣਾ ਸਾਹਿਬ ਵਿੱਚ ਜਿਹੜੀ ਥਾਂ ਉਹ ਦਿਨੇ ਦੂਜੇ ਬਾਲਾਂ ਨਾਲ ਖੇਡਦੇ ਰਹਿੰਦੇ ਸਨ ਉੱਥੇ ਰਾਤੀਂ ਏਕਾਂਤ ਵਿੱਚ ਗਿਆਨ ਧਿਆਨ ਵਿੱਚ ਰੁੱਝੇ ਹੁੰਦੇ ਸਨ। ਇਸ ਥਾਂ ਇੱਕ ਬੜਾ ਸੁੰਦਰ ਗੁਰਦੁਆਰਾ ਅਤੇ ਖੁੱਲ੍ਹਾ ਡੁੱਲਾ ਤਲਾਅ ਹੈ। ਇਹ ਤਲਾਅ ਤਲਵੰਡੀ ਦੇ ਇੱਕ ਮੁਸਲਮਾਨ ਜ਼ਿਮੀਂਦਾਰ ਰਾਏ ਬੁਲਾਰ ਨੇ ਗੁਰੂ ਜੀ ਦੇ ਬਾਲਪਨ ਦੀਆਂ ਯਾਦਾਂ ਨੂੰ ਚੇਤੇ ਰੱਖਣ ਲਈ ਬੜੀ ਸ਼ਰਧਾ ਨਾਲ ਬਣਵਾਇਆ ਸੀ। ਇਸ ਗੁਰਦੁਆਰੇ ਦਾ ਨਾਂ ਬਾਲ ਲੀਲਾ ਸਾਹਿਬ ਹੈ। ਬਾਬਾ ਜੀ ਨੂੰ ਨਿੱਕਿਆਂ ਹੁੰਦੇ ਉਹਨਾਂ ਦੇ ਪਿਤਾ ਜੀ ਨੇ ਇੱਕ ਮੌਲਵੀ ਸਾਹਿਬ ਕੋਲ ਫਾਰਸੀ ਪੜ੍ਹਨ ਲਈ ਬਿਠਾ ਦਿੱਤਾ ਸੀ। ਬਾਬਾ ਜੀ ਨੇ ਮੌਲਵੀ ਸਾਹਿਬ ਨੂੰ ਮੁੱਢਲੇ ਅੱਖਰਾਂ ਦੇ ਅਸਲੀ ਅਤੇ ਸੁੱਚੇ ਮਾਣੇ ਦੱਸ ਕੇ ਉਹਨਾਂ ਨੂੰ ਆਪਣਾ ਚਾਹਵਾਨ ਬਣਾ ਲਿਆ। ਇਸ ਸਾਥੀ ਦੀ ਯਾਦ ਵਿੱਚ ਇਹ ਸੁੰਦਰ ਗੁਰਦੁਆਰਾ ਉਸਾਰਿਆ ਗਿਆ। ਇਹਨੂੰ ਗੁਰਦੁਆਰਾ ਪੱਟੀ ਮੌਲਵੀ ਸਾਹਿਬ ਦਾ ਨਾਂ ਦਿੱਤਾ ਗਿਆ। ਬਾਬਾ ਜੀ ਡੰਗਰ ਚਾਰਦੇ ਹੋਏ ਕਦੀ ਕਦੀ ਇਸ ਰੁੱਖ ਹੇਠ ਆਰਾਮ ਕਰਦੇ ਸਨ। ਇੱਕ ਦਿਨ ਰਾਏ ਬੁਲਾਰ ਨੇ ਵੇਖਿਆ ਕਿ ਬਾਬਾ ਜੀ ਇਸ ਰੁੱਖ ਹੇਠ ਸੁੱਤੇ ਹੋਏ ਸਨ। ਸੂਰਜ ਢਲਿਆ ਅਤੇ ਦੂਜੇ ਰੁੱਖਾਂ ਦੀ ਛਾਂ ਅਤੇ ਆਪਣੀ ਥਾਂ ਬਦਲ ਗਈ, ਪਰ ਇਹਦੀ ਛਾਂ ਬਾਬਾ ਜੀ ਦੇ ਉੱਤੇ ਹੀ ਰਹੀ। ਇਹ ਰੁੱਖ ਮਾਲਜੀ ਸਾਹਿਬ ਕਹਾਉਂਦਾ ਹੈ। ਇਸੇ ਤਰ੍ਹਾਂ ਰਾਏ ਬੁਲਾਰ ਨੇ ਇਹ ਵੀ ਵੇਖਿਆ ਕਿ ਇੱਕ ਦਿਨ ਜਦੋਂ ਬਾਬਾ ਜੀ ਸੁੱਤੇ ਹੋਏ ਸਨ ਤਾਂ ਇੱਕ ਕਾਲੇ ਫਨੀਏ ਸੱਪ ਨੇ ਉਹਨਾਂ ਉੱਤੇ ਆਪਣੇ ਫਨ ਦੀ ਛਾਂ ਕੀਤੀ ਹੋਈ ਸੀ ਅਤੇ ਸੱਪ ਵਾਲੀ ਇਸ ਥਾਂ ਦੀ ਸੰਭਾਲ ਕਰਨ ਲਈ ਇੱਥੇ ਇਹ ਗੁਰਦੁਆਰਾ ਉਸਾਰਿਆ ਗਿਆ। ਇੱਕ ਦਿਨ ਬਾਬਾ ਜੀ ਮੱਝਾਂ ਚਾਰਦੇ ਸੌ ਗਏ ਅਤੇ ਮੱਝਾਂ ਖੜੀਆਂ ਫਸਲਾਂ ਨੂੰ ਖਾ ਗਈਆਂ, ਪਰ ਫਸਲਾਂ ਵਿੱਚ ਇੰਨੀ ਬਰਕਤ ਪੈ ਗਈ ਕਿ ਸਭੇ ਹੈਰਾਨ ਰਹਿ ਗਏ। ਇੱਥੇ ਗੁਰਦੁਆਰਾ ਕਿਆਰਾ ਸਾਹਿਬ ਬਣਾਇਆ ਗਿਆ। ਇਹ ਗੁਰਦੁਆਰਾ ਉਸ ਅਵਸਰ ਦੀ ਯਾਦ ਵਿੱਚ ਬਣਾਇਆ ਗਿਆ ਹੈ ਜਦੋਂ ਬਾਬਾ ਗੁਰੂ ਨਾਨਕ ਜੀ ਨੇ ਉਹ ਰੁਪਈਏ ਦਾਨ ਕਰ ਦਿੱਤੇ ਜਿਹੜੇ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਵਪਾਰ ਲਈ ਦਿੱਤੇ ਸਨ। ਦਾਨ ਮਗਰੋਂ ਜਦ ਨਨਕਾਣਾ ਸਾਹਿਬ ਪਰਤੇ ਤਾਂ ਪਿਤਾ ਦੇ ਡਰ ਤੋਂ ਪਿੰਡ ਦੇ ਬਾਹਰ ਹੀ ਇੱਕ ਰੁੱਖ ਨਾਲ ਲੱਗ ਕੇ ਖਲੋ ਗਏ। ਇਹ ਰੁੱਖ ਅੱਜ ਵੀ ਕਾਇਮ ਹੈ ਅਤੇ ਤੰਬੂ ਸਾਹਿਬ ਕਹਾਉਂਦਾ ਹੈ। ਅਸੀਂ ਤੁਹਾਨੂੰ ਨਨਕਾਣਾ ਸਾਹਿਬ ਤੋਂ ਹਸਨ ਅਬਦਾਲ ਲੈ ਚੱਲਦੇ ਹਾਂ ਜਿੱਥੇ ਬਾਬਾ ਗੁਰੂ ਨਾਨਕ ਦੇਵ ਜੀ ਦੇ ਚਮਤਕਾਰ ਦੀ ਸੋਹਣੀ ਅਤੇ ਸੁਚੱਜੀ ਨਿਸ਼ਾਨੀ ਸਥਾਪਨ ਹੈ। ਹਸਨ ਅਬਦਾਲ ਰਾਵਲ ਪਿੰਡੀ ਤੋਂ ਉੱਤਰ ਵੱਲੇ 38 ਕਿਲੋਮੀਟਰ ਦੇ ਪੰਥ 'ਤੇ ਇੱਕ ਪੁਰਾਣਾ ਇਤਿਹਾਸਿਕ ਸ਼ਹਿਰ। ਇਹ ਸ਼ਹਿਰ ਬਾਬਾ ਵਲੀ ਕੰਧਾਰੀ ਦੇ ਨਾਂ 'ਤੇ ਆਬਾਦ ਹੋਇਆ ਸੀ। ਬਾਬਾ ਜੀ ਨੂੰ ਹਸਨ ਅਬਦਾਲ ਵੀ ਕਿਹਾ ਜਾਂਦਾ। ਅੱਜ ਵੀ ਪਹਾੜੀ 'ਤੇ ਉਹਨਾਂ ਦੀ ਬੈਠਕ ਮੌਜੂਦ ਹੈ ਅਤੇ ਹਰ ਧਰਮ ਦੇ ਮੰਨਣ ਵਾਲੇ ਉਹਦਾ ਆਦਰ ਸਤਿਕਾਰ ਕਰਦੇ ਨੇ। ਕਹਿੰਦੇ ਨੇ ਕਿ ਇੱਕ ਵਾਰੀ ਬਾਬਾ ਨਾਨਕ ਇੱਧਰੋਂ ਲੰਘੇ ਅਤੇ ਉਹਨਾਂ ਨੇ ਬਾਬਾ ਵਲੀ ਕੰਧਾਰੀ ਦੀ ਪਹਾੜੀ ਤੋਂ ਨਿਕਲਣ ਵਾਲੇ ਸੋਮੇ ਦਾ ਪਾਣੀ ਵਰਤਣ ਦੀ ਆਗਿਆ ਮੰਗੀ।
ਉਹਨਾਂ ਨੇ ਬਾਬਾ ਨਾਨਕ ਦਾ ਚਮਤਕਾਰ ਵੇਖਣ ਲਈ ਨਾ ਕਰ ਦਿੱਤੀ। ਇਸ ਤੇ ਬਾਬਾ ਨਾਨਕ ਨੇ ਸੋਮੇ ਨੂੰ ਹੁਕਮ ਦਿੱਤਾ ਕਿ ਉਹ ਉਹਨਾਂ ਕੋਲ ਆ ਜਾਏ। ਸੋਮਾ ਉਹਨਾਂ ਕੋਲ ਆ ਕੇ ਵਗਣ ਲੱਗ ਪਿਆ। ਇਹ ਵੇਖ ਕੇ ਬਾਬਾ ਵਲੀ ਕੰਧਾਰੀ ਨੇ ਇੱਕ ਪਾਰਾ ਪੱਥਰ ਬਾਬਾ ਨਾਨਕ ਵੱਲ ਸੁੱਟ ਲਿਆ। ਬਾਬਾ ਜੀ ਨੇ ਆਪਣੇ ਸੱਜੇ ਹੱਥ ਨਾਲ ਪੱਥਰ ਨੂੰ ਠਾ ਲਿਆ ਤੇ ਇਸ ਪੱਥਰ ਤੇ ਉਹਨਾਂ ਦੇ ਸੱਜੇ ਹੱਥ ਦਾ ਨਿਸ਼ਾਨ ਬਣ ਗਿਆ। ਇਹ ਪੱਥਰ ਤੇ ਪੰਜੇ ਦਾ ਨਿਸ਼ਾਨ ਸਾਰੇ ਸਿੱਖ ਜਗਤ ਲਈ ਇੱਕ ਆਦਰ ਸਤਕਾਰ ਤੀਰਥ ਸਥਾਨ ਬਣ ਗਿਆ। ਇਹ ਨਿਸ਼ਾਨ ਪੰਜਾ ਸਾਹਿਬ ਅਖਵਾਉਂਦਾ ਹੈ ਤੇ ਇੱਥੇ ਸਥਾਪਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਗੁਰਦੁਆਰਾ ਅਖਵਾਉਂਦਾ ਹੈ। ਇਹ ਇਲਾਕਾ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਹੇਠ ਆਇਆ ਤੇ ਉਹਨਾਂ ਦੇ ਇੱਕ ਮਸ਼ਹੂਰ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਨੇ ਪਹਿਲੀ ਵਾਰੀ ਗੁਰਦੁਆਰੇ ਦੀ ਉਸਾਰੀ ਕਰਾਈ। ਉਸ ਵੇਲੇ ਗੁਰਦੁਆਰੇ ਦੀ ਇੱਕੋ ਮੰਜ਼ਿਲ ਸੀ, ਮਗਰੋਂ ਇਹਦੀ ਥਾਂ ਇੱਕ ਬੜਾ ਸੁੰਦਰ ਦੋ ਮੰਜ਼ਿਲਾਂ ਵਾਲਾ ਗੁਰਦੁਆਰਾ ਉਸਾਰਿਆ ਗਿਆ। ਉੱਨੀ ਸੌ 1928 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਗੁਰਦੁਆਰੇ ਦਾ ਪ੍ਰਬੰਧ ਸਾਂਭਿਆ ਤੇ ਪੁਰਾਣੇ ਗੁਰਦੁਆਰੇ ਨੂੰ ਢਾ ਕੇ ਇੱਕ 3 ਮੰਜ਼ਿਲਾਂ ਵਾਲਾ ਉੱਚੀ ਸ਼ਾਨ ਵਾਲਾ ਸੁੰਦਰ ਗੁਰਦੁਆਰਾ ਉਸਾਰੇ। ਢੰਗ ਵੀ ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ ਵਾਲਾ ਢੰਗ ਸੀ, ਜਿਹੜਾ ਮੁਸਲਮਾਨਾਂ ਦੇ ਉਸਾਰੀ ਢੰਗ ਤੇ ਹਿੰਦੂਆਂ ਦੇ ਉਸਾਰੀ ਢੰਗ ਨੂੰ ਰਲਾ ਮਿਲਾ ਕੇ ਬਣਾਇਆ ਗਿਆ ਹੈ। ਇਹ ਸਿੱਖਾਂ ਦਾ ਉਸਾਰੀ ਢੰਗ ਹੁੰਦਾ ਹੈ। ਪਾਕਿਸਤਾਨ ਬਣਨ ਮਗਰੋਂ ਗੁਰਦੁਆਰੇ ਦੀ ਸੇਵਾ ਸੰਭਾਲ ਦਾ ਕੰਮ ਪਹਿਲਾਂ ਤੇ ਮਹਿਕਮਾ ਆਸਾਰੇ ਕਦੀਮਾਂ ਨੇ ਸਾਂਭਿਆ, ਪਰ ਪਿੱਛੋਂ ਇਸ ਦਾ ਪ੍ਰਬੰਧ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਦੇ ਮਹਿਕਮੇ ਮਤਰੂਕਾ ਔਕਾਫ ਬੋਰਡ ਨੇ ਸਾਂਭ ਲਿਆ। ਮਹਿਕਮੇ ਨੇ ਇੱਥੇ ਗੁਰਪੁਰਬਾਂ ਤੇ ਦੂਜੇ ਧਾਰਮਿਕ ਅਵਸਰਾਂ ਵਿੱਚ ਭਾਗ ਲੈਣ ਲਈ ਆਉਣ ਵਾਲੇ ਇੱਥੇ ਦੇ ਤੇ ਬਾਅਦ ਦੇ ਯਾਤਰੀਆਂ ਦੇ ਰਹਿਣ ਸਹਿਣ, ਖਾਣ ਪੀਣ ਤੇ ਦੂਜੀਆਂ ਲੋੜਾਂ ਲਈ ਕਈ ਕੰਮ ਕੀਤੇ ਨੇ। ਗੁਰਦੁਆਰੇ ਦੇ ਆਲੇ ਦੁਆਲੇ ਰਹਿਣ ਵਾਲੇ ਕਮਰਿਆਂ ਦੇ ਖੁੱਲ੍ਹੇ ਖੁੱਲ੍ਹੇ 3 ਬਲਾਕ ਬਣੇ ਹੋਏ ਹਨ। ਮਤਰੂਕਾ ਔਕਾਫ ਬੋਰਡ ਨੇ ਇਹਨਾਂ ਦੀ ਗਿਣਤੀ ਵਿੱਚ ਹੋਰ ਵਾਧਾ ਕੀਤਾ।
ਹੁਣ ਇਹਨਾਂ ਕਮਰਿਆਂ ਵਿੱਚ 5000 ਯਾਤਰੀ ਖੁੱਲੇ ਢੁੱਲੇ ਰਹਿ ਸਕਦੇ ਨੇ ਪਰ ਧਾਰਮਿਕ ਅਵਸਰਾਂ ਤੇ ਇੱਥੇ 10 ਤੋਂ 15000 ਤੱਕ ਯਾਤਰੀ ਠਹਿਰ ਸਕਦੇ ਨੇ ਯਾਤਰੀਆਂ ਦੀ ਗਿਣਤੀ ਵੱਧ ਜਾਏ ਤੇ ਹਸਨਬਦਾਲ ਦੀਆਂ ਦੂਜੀਆਂ ਸਰਕਾਰੀ ਇਮਾਰਤਾਂ ਵਿੱਚ ਵੀ ਉਹਨਾਂ ਨੂੰ ਠਹਿਰਾਉਣ ਦਾ ਪ੍ਰਬੰਧ ਕੀਤਾ ਜਾਂਦਾ ਹੈ ਯਾਤਰੀਆਂ ਦੇ ਆਉਣ ਨਾਲ ਹਸਨਬਦਾਲ ਵਿੱਚ ਤਾਂ ਸਮਝੋ ਬਹਾਰ ਆ ਜਾਂਦੀ ਹੈ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿੱਚ ਵਿਸਾਖੀ ਦੇ ਮੇਲੇ ਦੀ ਰੀਤਾਂ ਦਾ ਆਰੰਭ ਸਦਾ ਦੀ ਤਰ੍ਹਾਂ ਇਸ ਵਰੇ ਵੀ ਵਿਸਾਖੀ ਦੇ ਮੇਲੇ ਵਿੱਚ ਭਾਗ ਲੈਣ ਲਈ ਪਾਕਿਸਤਾਨੀ ਸਿੰਘਾਂ ਤੇ ਹਿੰਦੂਆਂ ਤੋਂ ਅੱਡ ਭਾਰਤ ਅਫਗਾਨਿਸਤਾਨ ਅਮਰੀਕਾ ਕੈਨੇਡਾ ਇੰਗਲਿਸਤਾਨ ਤੇ ਖਲੀਜ ਪਾਰਕ ਦੇ ਦੇਸ਼ਾਂ ਦੀਆਂ ਸਿੰਘ ਸੰਗਤਾਂ ਵੀ ਯਾਤਰਾ ਲਈ ਆਈਆਂ ਨੇ ਚਾਰੋਂ ਪਾਸੇ ਰੌਣਕ ਮੇਲਾ ਤੇ ਖੁਸ਼ੀਆਂ ਖਿਲਰੀਆਂ ਹੋਈਆਂ ਨੇ ਗੁਰਦੁਆਰੇ ਵਿੱਚ ਰਾਗੀ ਸ਼ਬਦ ਕੀਰਤਨ ਕਰ ਰਹੇ ਨੇ ਸਾਰੇ ਵਾਤਾਵਰਨ ਤੇ ਸ਼ਬਦਾਂ ਦਾ ਗੂੜਾ ਰੰਗ ਚੜਿਆ ਹੋਇਆ ਹੈ ਬੱਚੇ ਬੁੱਢੇ ਜਵਾਨ ਕਿਸੇ ਭਿੰਨ ਭੇਦ ਤੋਂ ਬਿਨਾਂ ਸਰੋਵਰ ਸਾਹਿਬ ਵਿੱਚ ਇਸ਼ਨਾਨ ਕਰ ਰਹੇ ਹਨ ਯਾਤਰੀਆਂ ਦੇ ਜੀਵਨ ਵਿੱਚ ਇਹ ਅਵਸਰ ਨਿਤ ਨਿਤ ਨਹੀਂ ਆਉਂਦਾ ਇਹ ਅਵਸਰ ਧਾਰਮਿਕ ਸ਼ਰਧਾ ਦੇ ਇੱਕ ਪੁਰਾਣੇ ਤੇ ਸੁੰਦਰ ਸੁਪਨੇ ਦਾ ਸੱਚ ਹੋਣਾ ਗੁਰਦੁਆਰਾ ਪੰਜਾ ਸਾਹਿਬ ਇੱਕ ਸੋਹਣੇ ਤਲਾਅ ਵਿੱਚ ਉਸਾਰਿਆ ਗਿਆ ਹੈ ਇਸ ਤਲਾਅ ਵਿੱਚ ਉਸ ਸੋਮੇ ਦਾ ਸ਼ੀਤਲ ਪਵਿੱਤਰ ਤੇ ਨਿਰਮਲ ਜਲ ਲੰਘਦਾ ਹੈ ਜਿਹੜਾ ਆਪਣੀ ਥਾਂ ਛੱਡ ਕੇ ਬਾਬਾ ਜੀ ਕੋਲ ਆ ਗਿਆ ਸੀ ਇਸ ਤਲਾਅ ਨੂੰ ਸਰੋਵਰ ਸਾਹਿਬ ਕਿਹਾ ਜਾਂਦਾ ਹੈ ਗੁਰਦੁਆਰੇ ਦੇ ਵਿਚਕਾਰਲੇ ਦਰਵਾਜ਼ੇ ਦੇ ਸਾਹਮਣੇ ਸੰਗਮਰਮਰ ਦੀ ਇੱਕ ਸੁੰਦਰ ਚਬੁਰਜੀ ਹੇਠ ਬਾਬਾ ਜੀ ਦੇ ਪੰਜੇ ਦੇ ਨਿਸ਼ਾਨ ਵਾਲਾ ਪੱਥਰ ਲੱਗਿਆ ਹੋਇਆ ਇਹ ਗੁਰਦੁਆਰਾ ਸਿੱਖ ਉਸਾਰੀ ਢੰਗ ਦਾ ਇੱਕ ਸੁਚੱਜਾ ਤੇ ਅਤਿ ਸੁੰਦਰ ਨਮੂਨਾ ਹੈ
ते एक दूजे नाल मिल वर्तन ते पलियाई दियां भावनावां दे प्रगटावे दा अवसर। दूर दुराडे देशां दे वसनीक आपो विच मिल रहे ने, दूजियां दियां पुछ रहे ने ते अपनियां दस रहे ने। ये सारियां जातियां दा एक अजिहा इकट्ठ है जिहदा आधार रब दी एकता, मनुष्य दी बराबरी ते मनुष्य मित्रता दे नियमां ते है। ते इहो ही गुरु नानक देव जी दे सुनेह दा तत् है। गुरुद्वारा पंजा साहिब विखे श्रद्धालुआं दी भीड़ है। यात्री ग्रंथ साहिब अगे मत्था टेकदे हन, पेटा देंदे हन ते प्रसाद पाउंदे हन। ਅਗਲੀ ਸਵੇਰ ਨਵੀਆਂ ਬਰਕਤਾਂ ਤੇ ਨਵੇਂ ਲਾਭਾਂ ਦਾ ਸੁਨੇਹਾ ਲੈ ਕੇ ਆਉਂਦੀ ਹੈ। ਬਾਬਾ ਗੁਰੂ ਨਾਨਕ ਜੀ ਦਾ ਹੁਕਮ ਹੈ ਕਿ ਜਿਹੜਾ ਯਾਤਰੀਆ ਦੇ ਪੰਜਾ ਸਾਹਿਬ ਆਏ ਉਹ ਬਾਬਾ ਵਲੀ ਕੰਧਾਰੀ ਦੀ ਬੈਠਕ ਦੀ ਯਾਤਰਾ ਵੀ ਜ਼ਰੂਰ ਕਰੇ। ਇਸੇ ਹੁਕਮ ਅਨੁਸਾਰ ਹੀ ਯਾਤਰੀਆਂ ਦੇ ਜੱਥੇ ਪਹਾੜੀ ਤੇ ਆ ਜਾ ਰਹੇ ਨੇ। ਰਾਹ ਉੱਚੀ ਪਹਾੜੀ ਦੀ ਢਲਾਨ ਤੋਂ ਲੰਘਦੀ ਹੈ, ਡੰਡੀ ਵੱਟਿਆਂ ਨਾਲ ਭਰੀ ਪਈ ਹੈ ਤੇ ਪੈਂਡਾ ਡਾਢਾ ਔਖਾ ਹੈ, ਪਰ ਗੁਰੂ ਮਹਾਰਾਜ ਦਾ ਹੁਕਮ ਤਾਂ ਪੂਰਾ ਕਰਨਾ ਹੀ ਹੈ। ਵੇਖੋ, ਧਰਮ ਪਿਆਰ ਹਰ ਔਕੜ ਤੇ ਭਾਰੀ ਪੈਂਦਾ ਹੈ ਤੇ ਦਿਲ ਦੀਆਂ ਭਾਵਨਾਵਾਂ ਅੱਗੇ
ਪਹਾੜ ਵੀ ਨਿਉ ਜਾਂਦਾ। ਬਾਬੇ ਦੀ ਬੈਠਕ ਦੀ ਯਾਤਰਾ ਸਾਹ ਦਿਹਾੜੀ ਚੱਲਦੀ ਰਹਿੰਦੀ ਹੈ, ਪਰ ਬਹੁਤੇ ਯਾਤਰੀ ਦੁਪਹਿਰ ਤੋਂ ਪਹਿਲਾਂ ਹੀ ਯਾਤਰਾ ਕਰਕੇ ਗੁਰਦੁਆਰਾ ਪੰਜਾ ਸਾਹਿਬ ਪਰਤ ਆਉਂਦੇ ਨੇ। ਇੱਥੇ ਲੰਗਰ ਵਿੱਚ ਪ੍ਰਸ਼ਾਦੇ ਪੱਕ ਰਹੇ ਹਨ। ਪਾਕਿਸਤਾਨੀ ਸੇਵਾਦਾਰ ਯਾਤਰੀਆਂ ਨੂੰ ਪ੍ਰਸ਼ਾਦ ਵਰਤਾ ਰਹੇ ਨੇ। ਇਹ ਝਾਂਕੀ ਮਨੁੱਖ ਦੀ ਬਰਾਬਰੀ ਤੇ ਧਾਰਮਿਕ ਸ਼ਰਧਾ ਦੀ ਇੱਕ ਉੱਚੀ ਉਦਾਹਰਣ ਸਾਹਮਣੇ ਰੱਖਦੀ ਹੈ। ਇੱਥੇ ਨਿੱਕੇ ਵੱਡੇ, ਉੱਚੇ ਨੀਵੇਂ ਸਭ ਇਕੱਠੇ ਬਹਿੰਦੇ ਨੇ ਤੇ ਇੱਕੋ ਜਿਹਾ ਪ੍ਰਸ਼ਾਦ ਛਕਦੇ ਨੇ। Thank you.
ਬਾਬਾ ਨਾਨਕ ਜੀ ਦੀ ਸਿੱਖਿਆ ਅਨੁਸਾਰ ਗੁਰਦੁਆਰਿਆਂ ਵਿੱਚ ਦੀਨ ਧਰਮ ਜਾਤ ਪਾਤ ਤੇ ਉੱਚੇ ਨੀਵੇਂ ਦਾ ਭੇਦਭਾਵ ਖਤਮ ਹੋ ਜਾਂਦਾ। ਇੱਥੇ ਸਾਰੀਆਂ ਜਾਤੀਆਂ ਅਮੀਰ ਗਰੀਬ ਕਿਸੇ ਭਿੰਨ ਭੇਦ ਬਿਨਾਂ ਇੱਕ ਥਾਂ ਇਕੱਠੇ ਹੁੰਦੇ ਨੇ ਤੇ ਇਸ ਮਹਾਨ ਧਾਰਮਿਕ ਨੇਤਾ ਦੇ ਚਰਨਾਂ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਦੇ ਨੇ। ਦੀਪਮਾਲਾ ਵਾਲੀ ਪੂਰੀ ਰਾਤ ਸ਼ਰਧਾ ਦਾ ਇਹ ਪ੍ਰਗਟਾਵਾ ਹੁੰਦਾ ਹੀ ਰਹਿੰਦਾ। ਵਿਸਾਖੀ ਦੇ ਮੇਲੇ ਦੀ ਅੰਤਮ ਰੀਤੀ
दीवान सज गया है। गुरुद्वारा साहब विच यात्रियों के जत्थेदार, यात्रियों के प्रतिनिध ते महकमा मतरूका औकाफ के प्रतिनिधा ने यात्रियों नूं भाषण दित्ते। कड़ा प्रसाद वंडिया जा रहा है। संगतां बड़े आदर सत्कार नाल प्रसाद लैंदियां ते छकदियां। ਵਿਸਾਖੀ ਦੇ ਮੇਲੇ ਦੀ ਅਖੀਰਲੀ ਰੀਤੀ ਪਿੱਛੋਂ ਯਾਤਰੀ ਗੁਰਦੁਆਰਾ ਡੇਰਾ ਸਾਹਿਬ ਦੀ ਯਾਤਰਾ ਲਈ ਲਾਹੌਰ ਵੱਲੇ ਟੁਰ ਪੈਂਦੇ। ਯਾਤਰੀਆਂ ਦੇ ਜਾਣ ਮਗਰੋਂ ਇੰਜ ਜਾਪਦਾ ਹੈ ਜਿਵੇਂ ਸ੍ਰੀ ਪੰਜਾ ਸਾਹਿਬ खाली हो गया होगा, पर नहीं, अजय पवित्र स्थान ते कदी लुगे नहीं होंगे। बाबा गुरु नानक ते बाबा वली कंधारी दी मित्रता ते प्यार दा ए निशान जीवन दे उद्मा आत्मक प्यार ते श्रद्धा दे लश्कारियां दा प्रकाश करदा ही रहिंदा है।